ਕਰੋਨਾ ਤੇ ਬਲੈਕ ਫੰਗਸ ਨਾਲ ਨਿਜੱਠਣ ਲਈ ਆਪ ਵੱਲੋਂ ਆਪ ਦਾ ਡਾਕਟਰ ਹੈਲਪਲਾਈਨ ਦਾ ਆਗਾਜ਼। ਪੰਜਾਬ ਦੇ ਲੋਕ ਸਹਾਇਤਾ ਨੰਬਰ 7827275743 ਤੇ ਕਾਲ ਕਰਕੇ ਕਰੋਨਾ ਤੋਂ ਬਚਾਓ ਅਤੇ ਇਲਾਜ ਲਈ ਲੈ ਸਕਦੇ ਨੇ ਮਦਦ। ਕੋਈ ਵਿਅਕਤੀ ਕਰੋਨਾ ਵਾਇਰਸ ਦੇ ਲੱਛਣ ਅਤੇ ਇਲਾਜ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੈ, ਇਸ ਲਈ ਆਪ ਦੇ ਮੈਡੀਕਲ ਵਿੰਗ ਵੱਲੋਂ ਇਹ ਵਿਸ਼ੇਸ਼ ਹੈਲਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੈਪਟਨ ਸਰਕਾਰ ਨੇ ਲੋਕਾਂ ਨੂੰ ਬੇਸਹਾਰਾ ਛੱਡਿਆ, ਕਾਂਗਰਸੀ ਨੇਤਾਵਾਂ ਨੂੰ ਨਹੀਂ ਲੋਕਾਂ ਦੀ ਫਿਕਰ, ਆਪਸੀ ਸਿਆਸੀ ਲੜਾਈ ਵਿੱਚ ਹਨ ਮਸ਼ਰੂਫ। ਦੇਖੋ ਅੱਜ ਦੀ ਇਹ ਖਾਸ ਰਿਪੋਰਟ, ਕੈਮਰਾਮੈਨ ਮਨੋਜ ਭਗਤ ਦੇ ਨਾਲ ਵਿਸ਼ਾਲ ਸ਼ਰਮਾ ਦੀ ਰਿਪੋਰਟ, ਲਾਈਵ ਭਾਰਤ। ਕੇਸਿਸ ਲਗਾਤਾਰ ਪੰਜਾਬ 'ਚ ਵੱਧਦੇ ਚਲੇ ਜਾ ਰਹੇ ਔਰ ਸਟੇਟ ਗੌਰਮੈਂਟ ਬਿਲਕੁਲ ਨਾਕਾਮ ਹੈ। ਔਰ ਹੁਣ ਕੀ ਹੈ, ਬਲੈਕ ਫੰਗਸ ਤੱਕ ਦੇ ਕੇਸਿਸ ਆ ਰਹੇ ਹੈ। ਤੋ ਇਸ ਵਾਸਤੇ ਆਮ ਆਦਮੀ ਪਾਰਟੀ ਨੇ ਇਹ ਜ਼ਰੂਰੀ ਸਮਝਿਆ ਕਿ ਸਰਕਾਰ ਦਾ ਜਿਹੜਾ ਹੈਲਥ ਸਿਸਟਮ ਹੈ ਟੋਟਲ ਫਲੋਪ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਦੀ ਮਦਦ ਵਾਸਤੇ ਅੱਗੇ ਆਉਣਾ ਪਏਗਾ। ਤੋ ਉਸ ਵਾਸਤੇ ਅੱਜ ਇੱਕ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈਗਾ, 7827275743। ਇਸ ਫੋਨ ਨੰਬਰ ਦੇ ਉੱਤੇ ਜਿਹੜਾ ਵੀ ਕੋਈ ਪੇਸ਼ੈਂਟ ਹੈ, 24 ਆਵਰ ਆਹ ਲਾਈਨ ਚੱਲਦੀ ਰਹੇਗੀ। ਪਹਿਲੀ ਗੱਲ, ਜਿਹੜਾ ਵੀ ਕਰੋਨਾ ਪੇਸ਼ੈਂਟ ਹੈ ਜਾਂ ਕਿਸੇ ਵੀ ਟਾਈਪ ਦੀ ਕੋਈ ਵੀ ਹੈਲਪ ਚਾਹ ਰਿਹਾ ਹੈਗਾ, ਉਹ ਕਿਸੇ ਵੇਲੇ ਵੀ ਇਸ ਨੰਬਰ 'ਤੇ ਫੋਨ ਕਰੇਗਾ। ਹੁਣ ਕੁਆਲੀਫਾਈਡ MD ਡਾਕਟਰਸ ਅਵੇਲੇਬਲ ਮਿਲਣਗੇ। ਮੈਂ ਤੁਹਾਨੂੰ ਅੰਮ੍ਰਿਤਸਰ ਦਾ ਹੀ ਜ਼ਿਕਰ ਕਰ ਦੇਵਾਂ, ਅੰਮ੍ਰਿਤਸਰ 'ਚ ਸਾਡੇ ਕੋਲ 12 ਡਾਕਟਰਸ MBBS MD ਦੀ ਟੀਮ ਹੈ ਸਾਡੇ ਕੋਲ। ਜਿਹੜਾ ਵੀ ਪੇਸ਼ੈਂਟ ਅੰਮ੍ਰਿਤਸਰ ਡਿਸਟ੍ਰਿਕਟ ਫੋਨ ਕਰੇਗਾ, ਇਸ ਤਰ੍ਹਾਂ ਪਿੰਡਾਂ 'ਚ ਵੀ ਸਾਡੇ ਕੋਲ ਡਾਕਟਰਸ ਦੀ ਟੀਮ ਅਵੇਲੇਬਲ ਹੈ, ਫੋਨ ਜਾਏਗਾ, ਉਹ ਇਮੀਡੀਏਟਲੀ ਡਾਕਟਰ ਨੂੰ ਲਾਈਨ ਟ੍ਰਾਂਸਫਰ ਹੋ ਜਾਏਗੀ। ਉਹ ਡਾਕਟਰਸ ਨੂੰ ਆਪਣਾ ਸਾਰਾ ਜੋ ਵੀ ਉਹ ਇਲਾਜ ਕਰ ਰਿਹਾ ਹੈ ਪੁੱਛ ਸਕਦਾ, ਜੋ ਉਹਨੂੰ ਮੈਡੀਸਨ ਚਾਹੀਦੀ ਹੈ ਪੁੱਛ ਸਕਦਾ ਹੈਗਾ, ਫ੍ਰੀ ਆਫ ਕੋਸਟ। ਇਸ ਜੇ ਉਹਨੂੰ ਕੋਈ ਬੇਸਿਕ ਮੈਡੀਸਨ ਚਾਹੀਦੀ ਹੈ ਤਾਂ ਉਹ ਵੀ ਉਹ ਜਿਹੜੇ ਡਾਕਟਰ ਕੰਸਰਨ ਨਾਲ ਗੱਲ ਕਰ ਰਹੇ ਆ ਉਹ ਪ੍ਰੋਵਾਈਡ ਕਰੇਗਾ, ਜਿਹੜੇ ਉਸੇ ਏਰੀਏ ਦੇ ਡਾਕਟਰ ਹੈ, ਤਾਂ ਕਿ ਲੋਕਾਂ ਨੂੰ ਇੱਕ ਅਵੇਅਰਨੈਸ ਮਿਲ ਜਾਏ। ਲੋਕਾਂ ਨੂੰ ਇੱਕ ਜਿਹੜਾ ਅਫਵਾਹਾਂ ਵੀ ਕਈ ਫੈਲ ਰਹੀਆਂ ਤਾਂ ਉਹਨੂੰ ਇੱਕ ਇਨ ਟਾਈਮ, ਜਿਸ ਵੇਲੇ ਉਹਨੂੰ ਕਿਸੇ ਵੀ ਟਾਈਪ ਦੀ ਉਹ ਤਕਲੀਫ ਸਮਝਦਾ ਹੈਗਾ ਉਹਨੂੰ ਫੌਰਨ ਮਦਦ ਮਿਲ ਜਾਏ। ਆਹ ਸਾਡਾ ਇੱਕ ਪ੍ਰਯਾਸ ਹੈ। ਤੁਹਾਨੂੰ ਪਤਾ ਹੀ ਹੈ ਪਿੰਡਾਂ 'ਚ ਟੋਟਲ ਹੈਲਥ ਸਿਸਟਮ ਫਲੋਪ ਹੋ ਗਿਆ, ਸ਼ਹਿਰਾਂ ਤੋਂ ਬਾਅਦ ਪਿੰਡਾਂ 'ਚ ਆਉਣਾ ਸੀ, ਸਰਕਾਰ ਦੀ ਕੋਈ ਤਿਆਰੀ ਨਹੀਂ ਹੈ। ਇਸ ਲਈ ਜਿੰਨੇ ਪਿੰਡਾਂ 'ਚ ਟੈਸਟ ਹੋ ਰਹੇ ਆ, 40-50% ਵਿਅਕਤੀ ਕਰੋਨਾ ਪੋਜ਼ਿਟਿਵ ਨਿਕਲ ਰਹੇ ਹੈਗੇ ਆ। ਤੋ ਇਸ ਹੈਲਪਲਾਈਨ ਦੇ ਜ਼ਰੀਏ ਸਾਡੇ ਕੋਲ ਪਿੰਡਾਂ 'ਚ ਵੀ ਡਾਕਟਰ ਨੇ, ਸਾਡੀ ਪਾਰਟੀ ਦੇ ਬਜੀਠਾ ਹੋਇਆ, ਤੁਹਾਡਾ ਧਾਰੀਵਾਲ ਹੈ, ਹਰ ਜਗ੍ਹਾ ਅਵੇਲੇਬਲ ਨੇ। ਉਸ ਬੰਦਿਆਂ ਨੂੰ ਅਸੀਂ ਆਪਣੀ ਪਾਰਟੀ ਦੇ ਜ਼ਰੀਏ ਪਿੰਡਾਂ ਦੇ ਵਿੱਚ ਵੀ ਅਸੀਂ ਸਰਵਿਸਿਸ ਪ੍ਰੋਵਾਈਡ ਕਰ ਰਹੇ ਹਾਂ 24 ਆਵਰ। ਤੋ ਇਸ ਵਾਸਤੇ ਇਸ ਤਰ੍ਹਾਂ ਲੋਕਾਂ ਨੂੰ ਕਾਫੀ ਬੈਨੀਫਿਟ ਮਿਲੇਗਾ। ਅਸੀਂ ਕਹਿ ਰਹੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਤੁਹਾਡੇ ਜ਼ਰੀਏ ਇਸ ਹੈਲਪਲਾਈਨ ਨੰਬਰ ਨਾਲ ਜੁੜਨ, ਤਾਂ ਕਿ ਪੰਜਾਬ ਦੇ ਵਿੱਚ ਅਸੀਂ ਇਸ ਜਿਹੜੀ ਭਿਅੰਕਰ ਜਿਹੜੀ ਬਿਮਾਰੀ ਚੱਲ ਰਹੀ ਹੈ ਅਸੀਂ ਲੋਕਾਂ ਨੂੰ ਠੀਕ ਢੰਗ ਨਾਲ ਅਵੇਅਰ ਕਰ ਸਕੀਏ। ਸਹੀ ਢੰਗ ਨਾਲ ਸਾਡੇ ਜਿਹੜੇ ਕੁਆਲੀਫਾਈਡ MBBS MD ਡਾਕਟਰਸ ਹੈ ਉਹਨਾਂ ਦਾ ਇਲਾਜ ਦੱਸ ਸਕਣ ਅਤੇ ਉਹਨਾਂ ਨੂੰ ਬੇਸਿਕ ਮੈਡੀਸਨ ਵੀ ਪ੍ਰੋਵਾਈਡ ਕਰ ਸਕਣ। ਜਿਹੜੀ ਵੀ ਲੋਕਾਂ ਦੀ ਕੋਈ ਵੀ ਰਿਕੁਆਇਰਮੈਂਟ ਹੋਏਗੀ, ਜੋ ਵੀ ਸਾਡੇ ਤੱਕ ਆਏਗੀ, ਅਸੀਂ ਹੁਣ ਪੂਰੀ ਕਰਨ ਦੀ 100% ਕੋਸ਼ਿਸ਼ ਕਰਾਂਗੇ। ਧੰਨਵਾਦ। ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਟੀਮ ਹੈ ਉਹਨਾਂ ਨੇ ਪੰਜਾਬ ਲਈ ਇੱਕ ਹੈਲਪਲਾਈਨ ਤਿਆਰ ਕੀਤੀ ਹੈ, ਜਿਸਦਾ ਨੰਬਰ ਤੁਹਾਨੂੰ ਹੁਣੇ ਹੀ ਸਿਟੀ ਸਾਹਿਬ ਦੱਸ ਕੇ ਹਟੇ ਨੇ। ਔਰ ਉਸ ਨੰਬਰ ਦੇ ਤਹਿਤ ਇੱਕ ਕੰਪੇਨ ਸ਼ੁਰੂ ਕੀਤੀ ਗਈ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਆਪਕਾ ਡਾਕਟਰ, ਜਿਹਨੂੰ ਨਾਮ ਦਿੱਤਾ ਗਿਆ ਆਪਕਾ ਡਾਕਟਰ, ਕੋਈ ਐਸਾ ਬੰਦਾ ਜਿਹਨੂੰ ਕੋਵਿਡ ਬਾਰੇ ਪਰੇਸ਼ਾਨੀ ਹੈ, ਚਾਹੇ ਉਹ ਕੋਵਿਡ ਦਾ ਪੇਸ਼ੈਂਟ ਹੈ ਚਾਹੇ ਉਹ ਕੋਵਿਡ ਦਾ ਪੇਸ਼ੈਂਟ ਨਹੀਂ ਹੈ, ਕੋਈ ਉਹਦੇ ਦਿਮਾਗ 'ਚ ਕੁਐਰੀਜ਼ ਹੈ, ਕੋਈ ਕੁਐਸਚਨਸ ਹੈ, ਇਸ ਨੰਬਰ 'ਤੇ ਜਦੋਂ ਕੋਈ ਵੀ ਬੰਦਾ ਡਾਇਲ ਕਰੇਗਾ ਉਹ ਸਾਡੇ ਕਾਲ ਸੈਂਟਰ, ਆਮ ਆਦਮੀ ਪਾਰਟੀ ਨੇ ਇੱਕ ਕਾਲ ਸੈਂਟਰ ਅਸਟੈਬਲਿਸ਼ ਕੀਤਾ ਹੈ, ਉਸ ਕਾਲ ਸੈਂਟਰ ਤੋਂ ਕੁਛ ਡਾਕਟਰਾਂ ਦੀ ਟੀਮ ਤਿਆਰ ਕੀਤੀ ਗਈ ਹੈ, ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮੇਰੀ ਡਿਊਟੀ ਉਹਨਾਂ ਨੇ ਅਸਾਈਨ ਕੀਤੀ ਹੈ। ਕੱਲ੍ਹ ਮੈਨੂੰ ਕੋਈ 4-5 ਨੰਬਰ ਗੁਰਦਾਸਪੁਰ ਬੈਲਟ ਤੋਂ, ਕੋਈ ਮੋਹਾਲੀ ਦੇ ਲਾਗੋਂ ਮੈਨੂੰ ਫੋਨ ਆਏ ਲੋਕਾਂ ਦੇ, ਜੋ ਜੋ ਉਹਨਾਂ ਦੀਆਂ ਕੁਐਰੀਜ਼ ਸੀਗੀਆਂ ਕਰੋਨਾ ਦੇ ਪ੍ਰਤੀ,
ब्लैक फंगस के प्रति, येलो फंगस के प्रति, वाइट फंगस के प्रति, वो सारिया क्वेरीज जिहड़ियां लोगों के दिमाग च जिहड़ा पैनिक बैठा है, वो जिहड़ी डॉक्टर जी साडा डॉक्टर विंग है, जिहड़ी आम आदमी पार्टी की डॉक्टर जी जिहड़ी साडी टीम है, वो सारिया क्वेरीज उन्हां दीआं दूर करेगी तां कि लोगों नूं जिहड़ी है एक बहुत ही इंपॉर्टेंट हैल्प थ्रू हैल्पलाइन जिहड़ी है असी कर सकीए। सो इत्थे एक चीज़ मैं तुहानूं तुहाडे माध्यम राहीं कहना चाहना जिहड़ी कि बड़ी इंपॉर्टेंट है, और मेरा मैसेज जिहड़ा वो मैं उपर तक सेंटर सरकार तक जिहड़ी है सेंटर गौरमेंट ईवन के प्रधानमंत्री साहब तक यह मैसेज भेजना चाहना कि पिछले 40 सालों तो जान बुझ के प्राइमरी हेल्थ केयर जिहड़ी है हिंदुस्तान दे विच खत्म कर दिती गई है। तुसी देखो कि अज अगर प्राइमरी हेल्थ केयर हिंदुस्तान दे विच अवेलेबल हुंदी तो मैं दावे ना कह सकदा कि जो पेंडेमिक इंडिया दे विच होया, जिहड़ियां मौतां हिंदुस्तान दे विच होईयां, जिहड़े लोग इन्ने ज़्यादा बीमार होए ने, उहदे तों असी अपने आप नूं, अपने देश नूं, अपने सूबे नूं बचा सकदे सीगे। इत्थे मैं कहना चाहना कि डेलीबरेटली जिहड़ा है कॉरपोरेट घरां नूं खुश करन लई, उहनां नूं बिजनेस देन लई, इन्हां ने जिहड़ी है हिंदुस्तान दे विच प्राइमरी हेल्थ केयर खत्म कर दित्ती गई है। अगर प्राइमरी देखो जिहड़ी है करोना बीमारी है, इसका इलाज करना बहुत आसान है, मगर उहदे च इक शर्त है कि मरीज़ जिहड़ा वो टाइम सिर क्वालीफाइड डॉक्टर दे कोल आना चाहिए। हुण की है कि हिंदुस्तान दे विच प्राइमरी हेल्थ केयर नाम की कोई चीज़ नहीं है। की हुंदा मजबूरी च जिहड़ा मरीज़ है वो या तो कैमिस्ट कोल जांदा या किसी अनकुआलीफाइड डॉक्टर को चला जांदा जिन्हों इस दे ट्रीटमेंट के बारे नॉलेज नहीं हुंदी। तो की हुंदा जिहड़ा पहले डेज़ 5 डेज़ 7 डेज़ पहले फस्ट डेज़ विच आर वेरी इंपॉर्टेंट इन कोविड डिजीज़ दे आर वेस्टेड। जदों वो वेस्ट हो जाते हैं तो पेशेंट जिहड़ा सैकेंडरी केयर या टर्शरी केयर चला जाता, लैवल 2 लैवल 3 चला जाता, और जदों पेशेंट लैवल 2 लैवल 3 चला जाता तो उन्हें मजबूरी के हालात के मजबूरन जिहड़ा किसी टर्शरी हॉस्पिटल जाना पैंदा, जिन्हें जिस तरह के सिटी साहब ने दसिया बेहिसाब जिहड़ी है लुट वो की जा रही है। तुसीं यह देखो कि इन्हां सरकारां दी पॉलिसी यह है कि एक अगर डॉक्टर MBBS करके आंदा तो उन्हूं 18,000 रुपया दिता जाता सिर्फ मंथली, उहदी इनकम जिहड़ी है उहदी सैलरी जिहड़ी है पे जिहड़ी है 18,000। MBBS डॉक्टर केड़ा जिहड़ा 18,000 रुपए दे विच प्राइमरी हेल्थ केयर दे विच जाके बैठेगा? सो कोई MBBS डॉक्टर उहदे च इंट्रस्ट नहीं दिखांदा, वह की करता या तो अपनी PG की तैयारी करता या वह देश छड के बाहर चला जाता। सो डेलीबरेटली मैं कहना चाहना कि डेलीबरेटली जान बुझ के अज तो पहला जिहड़ियां सरकारां आईयां उन्होंने हिंदुस्तान दे विच प्राइमरी हेल्थ केयर जिहड़ी है वो बिल्कुल ख़त्म कर दिती है, जिदे करके लोगों ने यह ज़्यादा जिहड़ा इहदा संताप है कोविड का वह भोगिया और भोग रहे ने। मगर आम आदमी पार्टी जिस तरह के हमेशा सुख दुख दे विच खड़ी है आम आदमी दे, वो अज भी खड़ी है। एक हैल्पलाइन तैयार की गई है, हैल्पलाइन के नाल डॉक्टर्स की टीम तैयार की गई है, जिहड़े किसी भी बंदे नूं पंजाब दे विच या पंजाब दे बाहरों जितों भी कितों फोन आता है उहदी प्रॉपर उहनूं गाइड किया जाएगा, उहदी हैल्प की जाएगी तां कि वह इस जिहड़ी ना मुराद बीमारी है उहदे तों छुटकारा पा सके। अगर प्राइम टाइम रेंदे प्राइमरी हेल्थ केयर मिल जाती, देखो जिहड़ा करोना का इलाज है फस्ट डे तो कुछ है, सैकेंड डे तो कुछ है, थर्ड डे तो कुछ है, सैवंथ डे तो कुछ है, टेंथ डे तो कुछ है। ये क्यों हो रही है, ब्लैक फंगस क्यों आ रही है? क्योंकि मिस यूज़ हो रहा मेडिसन्स का। जिहड़ी गल करते जिस तरह के TV ते तुसी देखते हो चैनल्स के उपर कहा जाता है कि स्टीराइड्स दो, एंटीकोएगुलेंट्स दो, ये स्टीराइड्स का मिस यूज़ जो होंदा उदों यह फंगस का जिहड़ा वो पैदा होंदी है। जो एक गल तो पक्की है कि जिहड़े पेशेंट है तकरीबन इम्यूनो कंप्रोमाइज्ड होंदे है या डायबिटिक्स पेशेंट होंदे है या किडनी पेशेंट होंदे है जिन्हां दे विच ये बीमारी ज़्यादा पाई जाती है, वो जदों किसी कैमिस्ट को जाता या किसी RMP को जाता
तो वह दवाई के नाल नाल जरूर स्टीरॉयड दे दिंदा जिदा कि मिसयूज हुंदा। स्टीरॉयड जिहड़े आ साडे इम्यून सिस्टम नूं होर सप्रैस कर दिंदे आ, जिहड़ा पेशेंट है वह प्राइमरी कंडीशन तो टर्शरी कंडीशन लैंडअप हो जाता और उसकी मजबूरी बन जाती है वड्डे अस्पतालों जाने की, जिथे जाके मरीज की मौत भी हो जाती है।